फतगढ़ साहब जी जमीन दे उत्ते बनी यादगार नुमा पार्क का मसला लगातार गड़मा जा रहा है जी। सब तो पहला तो यही जानना चाहेंगे कि इतनी दी जिहड़ियां हरकतां हो रही ने, जो भी इत्थे सिख रहत मर्यादा दे उल्ट गुरु घर दे विच जिहड़ियां गतिविधियां हो रही ने, तुहानूं सब तो पहला इहदे बारे जानकारी किवें आई, तुसीं इत्थे पहुंचे हो की देखदे हो? कॉलेज करके मुंडे कुड़ियां आउंदे आ इत्थे, जो गंदगां हरकतां करदे ओह असीं पेज ते वी पाईआं वा, असी पंजाब नूं जां संगत नूं सूचित कर दईए वी इह कोई इह च झूठ नहीं हैगा वी असीं कुट्टे नहीं, कुट्टे आ असी प्रशंसा करते, बहुत सोहने स्थान बनाते आ जा पार्क बनाते आ, चलो ठीक है कितने आउंदे परिवार घुमाउंदे आ, पर असी आशकी थोड़ी होण देवांगे भाई, पर असी आशकी थोड़ी होण देवांगे भाई। पार्क दे विच आउण वाले नौजवान मुंडे कुड़ियां नूं पहलों सूचित कर दईए, बाद च इह ना कहो असी तां अज ही आए सी, सानूं पता नहीं सी जिहड़ा इत्थे आया वा उहदी भाई वीडियो वायरल होऊगी, कुट्टांगे कुट्टांगे। ਤੁਹਾਨੂੰ ਉਹਨਾਂ ਨੂੰ ਕੁੱਟਣਾ ਵੀ ਪੈ ਰਿਹਾ, ਐਸ ਜੀ ਪੀ ਸੀ ਕਿਉਂ ਨਹੀਂ ਕੋਈ ਕਦਮ ਚੱਕ ਰਹੀ ਹੈ, ਸਰਕਾਰ ਕਿਉਂ ਨਹੀਂ ਕੋਈ ਕਦਮ ਚੱਕ ਰਹੀ ਹੈ ਜਦੋਂ ਅਜਿਹਾ ਮਾਹੌਲ ਬਣਦਾ? ਐਸ ਜੀ ਪੀ ਸੀ ਨੇ ਜ਼ੋਰ ਲਾਇਆ ਹੋਇਆ ਵਾ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ, ਉਹ ਕਿਵੇਂ ਚਾਹੂਗੀ ਇੱਥੋਂ ਇਹ ਚੀਜ਼ਾਂ ਖਤਮ ਹੋਣ? ਅਸੀਂ ਨਹੀਂ ਮੰਨਦੇ ਮੁੰਡੇ ਐਸ ਜੀ ਪੀ ਸੀ ਕੌਣ ਆ ਕਿੱਥੋਂ ਦੀ ਹੈਗੀ, ਅਸੀਂ ਵੇਖਾਂਗੇ ਇਹਨਾਂ ਨੂੰ, ਕੋਈ ਚੱਕਰ ਨਹੀਂ, ਪਾਵਾਂਗੇ ਬੋਰੀ 'ਚ ਕਿਸੇ ਟਾਈਮ ਵੀ, ਪਾਵਾਂਗੇ ਬੋਰੀ 'ਚ ਕਿਸੇ ਟਾਈਮ ਵੀ। ਜਿਹਾ ਐਕਸ਼ਨ ਲਓਗੇ ਤਾਂ ਜਿਹੜੀ ਦੂਜੀ ਧਿਰ ਹੈ ਉਹ ਕਾਨੂੰਨ ਦੀ ਸਹਾਇਤਾ ਲੈਣ ਨੂੰ ਭੱਜੂਗੀ, ਉੱਧਰ ਵੱਲ ਜਾਊਗੀ, ਫਿਰ ਪਰਚੇ ਵੀ ਪੈ ਸਕਦੇ ਨੇ ਯਾਰ। ਸਾਨੂੰ 20-20 ਸਾਲ ਵੀ ਲਾਉਣੇ ਪਏ ਸਾਡੀ, ਕੋਈ ਨਾ ਅੱਜ 20 ਸਾਲ ਤੇ 40 ਸਾਲਾਂ ਨੂੰ ਤਾਂ ਬਾਹਰ ਆਵਾਂਗੇ, ਇੱਕ ਹੋਰ ਚੱਕ ਦਿਆਂਗੇ ਫਿਰ ਕੀ ਆ, ਇੱਕ ਹੋਰ ਚੱਕ ਦਿਆਂਗੇ ਫਿਰ ਕੀ ਆ, ਹਟਣਗੇ ਤਾਂ ਸਹੀ ਕਿਸੇ ਹੱਦ ਤੱਕ। ਫਤਿਹਗੜ੍ਹ ਸਾਹਿਬ ਦੀ ਜ਼ਮੀਨ ਦੇ ਉੱਤੇ ਬਣੀ ਯਾਦਗਾਰ ਨੁਮਾ ਪਾਰਕ ਦਾ ਮਸਲਾ ਲਗਾਤਾਰ ਗੜਮਾਉਂਦਾ ਜਾ ਰਿਹਾ, ਇੱਥੇ ਹੋ ਰਹੀਆਂ ਨਿੱਤ ਦੀਆਂ ਹਰਕਤਾਂ ਸੰਗਤ ਨੂੰ ਪਰੇਸ਼ਾਨ ਕਰਦੀਆਂ ਨੇ, ਸੰਗਤ ਨੇ ਇਸ ਦੇ ਬਾਬਤ ਕਈ ਵਾਰ ਇੱਥੋਂ ਦੇ ਅਧਿਕਾਰੀਆਂ ਨੂੰ ਜਾਂ ਮੈਨੇਜਰ ਸਾਹਿਬਾਨਾਂ ਨਾਲ ਗੱਲਬਾਤ ਕੀਤੀ ਹੈ, ਡੀਸੀ ਤੱਕ ਨੂੰ ਮੰਗ ਪੱਤਰ ਦੇ ਦਿੱਤਾ ਗਿਆ, ਪਰ ਹਜੇ ਵੀ ਇੱਥੇ ਜਿਹੜੀ ਸਥਿਤੀ ਹੈ ਉਵੇਂ ਦੀ ਬਣੀ ਪਈ ਹੈ। ਜਿਹੜੀ ਸਥਿਤੀ ਹੈ ਉਹ ਤਣਾਅਪੂਰਨ ਹੋ ਜਾਂਦੀ ਹੈ ਜਦੋਂ ਅਜਿਹੀ ਕੋਈ ਘਟਨਾ ਵਾਪਰਦੀ ਹੈ ਅਤੇ ਸੰਗਤ ਆ ਕੇ ਉਸਦਾ ਵਿਰੋਧ ਕਰਦੀ ਹੈ। ਅੱਜ ਵੀ ਇੱਕ ਅਜਿਹੀ ਘਟਨਾ ਦੇਖਣ ਨੂੰ ਮਿਲੀ, ਸਾਡੇ ਨਾਲ ਵੀਰ ਮੌਜੂਦ ਨੇ ਅੰਮ੍ਰਿਤਪਾਲ ਸਿੰਘ ਮਹਿਰੋ ਜੀ, ਉਹ ਵੀ ਅੱਜ ਇੱਥੇ ਖਾਸ ਤੌਰ ਉੱਤੇ ਪਹੁੰਚੇ ਨੇ ਇੱਥੇ ਅੱਜ ਆਪਣੀ ਗੱਲ ਰੱਖਣ ਦੇ ਲਈ, ਕਮੇਟੀ ਮੈਂਬਰਾਂ ਨੂੰ ਸੁਚੇਤ ਕਰਨ ਦੇ ਲਈ, ਐਸ ਜੀ ਪੀ ਸੀ ਨੂੰ ਸੁਚੇਤ ਕਰਨ ਦੇ ਲਈ, ਸਰਕਾਰ ਨੂੰ ਸੁਚੇਤ ਕਰਨ ਦੇ ਲਈ ਕਿ ਜੋ ਇੱਥੇ ਹਰਕਤਾਂ ਹੋ ਰਹੀਆਂ ਨੇ ਉਹਨਾਂ ਉੱਤੇ ਨਕੇਲ ਪਾਈ ਜਾਵੇ। ਸਵਾਗਤ ਕਰਦੇ ਹਾਂ ਜੀ, ਫਤਿਹ ਸਾਂਝੀ ਕਰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਇੱਥੇ ਦੀਆਂ ਜਿਹੜੀਆਂ ਹਰਕਤਾਂ ਹੋ ਰਹੀਆਂ ਨੇ, ਜੋ ਵੀ ਇੱਥੇ ਸਿੱਖ ਰਹਿਤ ਮਰਿਆਦਾ ਦੇ ਉਲਟ ਗੁਰੂ ਘਰ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਨੇ, ਤੁਹਾਨੂੰ ਸਭ ਤੋਂ ਪਹਿਲਾਂ ਇਹਦੇ ਬਾਰੇ ਜਾਣਕਾਰੀ ਕਿਵੇਂ ਆਈ, ਹੈ ਨਾ, ਤਾਂ ਤੁਸੀਂ ਇੱਥੇ ਪਹੁੰਚੇ ਆ, ਕੀ ਦੇਖਦੇ ਆ? ਇੱਥੇ ਨਾ ਸਾਨੂੰ, ਅਸੀਂ ਦੂਰ ਪੈ ਜਾਂਦਾ ਕਾਫੀ, ਪਰ ਕਦੇ ਕਦੇ ਆਉਂਦੇ ਹਾਂ, ਮੱਥਾ ਟੇਕ ਕੇ ਦਰਸ਼ਨ ਕਰਕੇ ਉੱਠ ਜਾਂਦੇ ਹਾਂ, ਅਤੇ ਸਾਨੂੰ ਕਈ ਵੀਡੀਓ ਭੇਜਦੇ ਇੱਥੇ ਪਾਰਕ ਦੇ ਵਿੱਚ, ਜਿਵੇਂ ਜਗ੍ਹਾ ਬਣੀਆਂ ਹੁਣ ਉੱਧਰ ਦੇਖ ਲਓ, ਕੋਈ ਦੀਂਹਦਾ ਨਹੀਂ ਦੂਰ ਤੱਕ। ਕਾਲਜ ਕਰਕੇ ਮੁੰਡੇ ਕੁੜੀਆਂ ਆਉਂਦੇ ਆ ਇੱਥੇ, ਜੋ ਗੰਦਗਾਂ ਹਰਕਤਾਂ ਕਰਦੇ ਉਹ ਅਸੀਂ ਪੇਜ 'ਤੇ ਵੀ ਪਾਈਆਂ ਵਾ। ਰਾਤ ਇੱਕ ਵੀਡੀਓ ਆਈ ਸੀਗੀ ਸਾਨੂੰ, ਮੁੰਡਾ ਕੁੜੀ ਖੜ੍ਹੇ ਆ ਅਤੇ ਉਹ ਵੀਡੀਓ ਦੇਖ ਸਕਦੇ ਆ ਸਾਰੇ ਜਣੇ, ਅਸੀਂ ਸ਼ੋਅ ਵੀ ਕੀਤੀ ਹੋਈ ਆ, ਅਤੇ ਉਸ ਨੂੰ ਵੇਖ ਕੇ ਅਸੀਂ ਅੱਜ ਜਿਹੜਾ ਰਾਤ ਹੀ ਪ੍ਰੋਗਰਾਮ ਬਣਾ ਲਿਆ ਸੀ ਵੀ ਕੱਲ੍ਹ ਨੂੰ 12 ਵਜੇ ਦਾ ਇਕੱਠ ਇੱਥੇ ਰੱਖਿਆ ਜਾਵੇ, ਅਤੇ ਅੱਜ ਤੁਸੀਂ ਵੇਖ ਸਕਦੇ 200-300 ਸਹਿੰਕ ਆਇਆ ਵੇ ਆਪਣੇ, ਹੈ ਨਾ, ਅਤੇ ਅਸੀਂ ਆਉਣ ਸਾਰੀ ਦੇਖੋ ਸੂਚਿਤ ਵੀ ਕੀਤਾ ਸੀਗਾ ਸੰਗਤ ਨੂੰ, ਆਉਣ ਸਾਰੀ ਅਸੀਂ 2 ਜੋੜੇ ਫੜੇ ਆ, ਠੀਕ ਆ, ਅਤੇ ਅਸੀਂ ਪੰਜਾਬ ਨੂੰ ਜਾਂ ਸੰਗਤ ਨੂੰ ਸੂਚਿਤ ਕਰ ਦਈਏ ਵੀ ਇਹ ਕੋਈ ਇਹ 'ਚ ਝੂਠ ਨਹੀਂ ਹੈਗਾ ਵੀ ਅਸੀਂ ਕੁੱਟੇ ਨਹੀਂ, ਕੁੱਟੇ ਆ, ਪਰਿਵਾਰ ਨੂੰ ਸੱਦ ਕੇ ਦਿੱਤੇ ਆ, ਅਤੇ ਪਰ ਅਸੀਂ ਸੂਚਿਤ ਕਰ ਦਈਏ। ਇੱਕ ਗੱਲ ਸਾਨੂੰ ਹੋਰ ਪਤਾ ਲੱਗੀ ਆ, ਇਸ ਪਾਰਕ ਦੇ ਵਿੱਚ ਜਾਂ ਗੌਰਮੈਂਟ ਜਾਂ ਐਸ ਜੀ ਪੀ ਸੀ ਚੰਡੋਲਾਂ ਲਾਉਣ ਲੱਗੀ ਆ ਅਤੇ ਕੰਟੀਨ ਬਣਾਉਣੀ ਚਾਹੁੰਦੀ ਆ, ਹੈ ਨਾ, ਇਹ ਤਾਂ ਫਿਰ ਆਸ਼ਕਾਂ ਦਾ ਅੱਡਾ ਬਣਨਾ, ਪਾਰਕ ਨਹੀਂ ਬਣਨਾ ਆਸ਼ਕਾਂ ਦਾ ਅੱਡਾ। ਅਸੀਂ ਐਸ ਜੀ ਪੀ ਸੀ ਜਾਂ ਕਿਸੇ ਨੂੰ ਨੋਟਿਸ ਨਹੀਂ ਦਿੰਦੇ ਹੁੰਦੇ, ਅਸੀਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਰਕਾਰ ਮੰਨਦੇ, ਅਸੀਂ ਕਿਸੇ ਨੂੰ ਨਹੀਂ ਮੰਨਦੇ। ਅਸੀਂ ਇਹ ਗੱਲ ਉਹਨਾਂ ਨੂੰ ਇੱਕ ਵਾਰੀ ਕੰਨੀ ਕੱਢ ਦਈਏ ਵੀ ਤੁਸੀਂ ਇੱਥੇ ਲਾ ਕੇ ਦਿਖਾਓ, ਜਿੱਦੇ ਚੰਡੋਲ ਲੱਗ ਗਈ ਜਾਂ ਕੰਟੀਨ ਖੁੱਲ੍ਹ ਗਈ ਇੱਥੇ, ਤਾਂ ਫਿਰ ਲਾਉਣ ਵਾਲਾ ਜਾਣੇ ਅਤੇ ਸਾਡਾ ਕੰਮ ਜਾਣੇ, ਅਸੀਂ ਕਰਾਂਗੇ ਕੀ? ਠੀਕ ਆ, ਅਸੀਂ ਚਾਹੁੰਦੇ ਹਾਂ, ਅਸੀਂ ਪ੍ਰਸ਼ੰਸਾ ਕਰਦੇ, ਬਹੁਤ ਸੋਹਣੇ ਸਥਾਨ ਬਣਾਤੇ ਆ ਜਾਂ ਪਾਰਕ ਬਣਾਤੇ ਆ, ਚਲੋ ਠੀਕ ਆ ਕਿਤੇ ਆਉਂਦੇ ਪਰਿਵਾਰ ਘੁੰਮਦੇ ਆ, ਪਰ ਅਸੀਂ ਆਸ਼ਕੀ ਥੋੜ੍ਹੀ ਹੁਣ ਦੇਵਾਂਗੇ ਬਾਈ, ਠੀਕ ਆ, ਅਸੀਂ ਇਸ ਚੀਜ਼ ਦੀ ਨਿੰਦਾ ਕਰਦੇ ਹਾਂ, ਪਰ ਇਹ ਹੋਣਾ ਨਹੀਂ ਚਾਹੀਦਾ, ਹੋਣ ਹੀ ਨਹੀਂ ਦੇਣਾ ਬਾਈ। ਹਮੇਸ਼ਾ ਇਹੀ ਗੱਲ ਕਹਿੰਦੇ, ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਲੈ ਕੇ, ਮਰਿਆਦਾ ਨੂੰ ਲੈ ਕੇ, ਜਿੱਦਾਂ ਹੀ ਸਾਨੂੰ ਮਰਨਾ ਪਿਆ ਅਸੀਂ ਮਰਾਂਗੇ, ਪਰ ਛੱਡਦੇ ਨਹੀਂ ਕਿਸੇ ਨੂੰ। ਜਿਵੇਂ ਹੁਣ ਅਸੀਂ ਸਿੰਘਾਂ ਦੀ ਡਿਊਟੀ ਲਾ ਕੇ ਜਾਵਾਂਗੇ, ਪਾਰਕ ਦੇ ਵਿੱਚ ਆਉਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਨੂੰ ਪਹਿਲਾਂ ਸੂਚਿਤ ਕਰ ਦਈਏ, ਬਾਅਦ 'ਚ ਇਹ ਨਾ ਕਿਹਾ ਅਸੀਂ ਤਾਂ ਅੱਜ ਹੀ ਆਏ ਸੀ, ਸਾਨੂੰ ਪਤਾ ਨਹੀਂ ਸੀ, ਜਿਹੜਾ ਇੱਥੇ ਆਇਆ ਵਾ ਉਹਦੀ ਬਈ ਵੀਡੀਓ ਵਾਇਰਲ ਹੋਊਗੀ, ਕੁੱਟਾਂਗੇ ਵੀ, ਛੱਡਦੇ ਨਹੀਂ, ਮੁੰਡਿਆਂ ਨੂੰ ਅਸੀਂ ਖਾਸ ਕਰਕੇ ਬਹੁਤ ਕੁੱਟਾਂਗੇ, ਛੱਡਦੇ ਨਹੀਂ ਹੈਗੇ। ਨੌਬਤ ਕਿਉਂ ਬਣ ਰਹੀ ਹੈ ਕਿ ਤੁਹਾਨੂੰ ਉਹਨਾਂ ਨੂੰ ਕੁੱਟਣਾ ਵੀ ਪੈ ਰਿਹਾ, ਐਸ ਜੀ ਪੀ ਸੀ ਕਿਉਂ ਨਹੀਂ ਕੋਈ ਕਦਮ ਚੱਕ ਰਹੀ ਹੈ, ਸਰਕਾਰ ਕਿਉਂ ਨਹੀਂ ਕੋਈ ਕਦਮ ਚੱਕ ਰਹੀ ਹੈ ਜਦੋਂ ਅਜਿਹਾ ਮਾਹੌਲ ਬਣਦਾ? ਐਸ ਜੀ ਪੀ ਸੀ ਨੇ ਜ਼ੋਰ ਲਾਇਆ ਹੋਇਆ ਵਾ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ, ਉਹ ਕਿਵੇਂ ਚਾਹੂਗੀ ਇੱਥੋਂ ਇਹ ਚੀਜ਼ਾਂ ਖਤਮ ਹੋਣ?
ਉਹ ਤਾਂ ਰੂਮ ਬਣਾ ਕੇ ਚਾਹੇ ਦੇ ਦੇਣ ਵੀ ਇੱਥੇ ਮਿਲੋ ਤੁਸੀਂ ਆ ਕੇ ਖੁੱਲ੍ਹਾ ਟਾਈਮ ਆ। ਐਸ ਜੀ ਪੀ ਸੀ ਨੂੰ ਅਸੀਂ ਨਹੀਂ ਮੰਨਦੇ ਯਾਰ, ਕਿਹੜੀ ਕਿੰਨੇ ਨੇ ਤਾਂ ਐਵੇਂ ਦੂਜੇ ਸਮਝ ਨਹੀਂ ਆਉਂਦੀ ਕੌਣ ਆ ਇਹ ਕਿੱਥੋਂ ਆ ਗਏ ਆ, ਅਸੀਂ ਨਹੀਂ ਮੰਨਦੇ ਮੁੰਦੇ ਐਸ ਜੀ ਪੀ ਸੀ ਕੌਣ ਆ ਕਿੱਥੋਂ ਦੀ ਹੈਗੀ, ਅਸੀਂ ਵੇਖਾਂਗੇ ਇਹਨਾਂ ਨੂੰ ਕੋਈ ਚੱਕਰ ਨਹੀਂ, ਪਾ ਦਾਂਗੇ ਬੋਰੀ 'ਚ ਕਿਸੇ ਟਾਈਮ ਇਹਦੀ। ਹੋਰ ਕੋਈ ਸੋ ਅਮਰਤਪਾਲ ਸਿੰਘ ਜੀ ਨੇ ਇਹ ਚੇਤਾਵਨੀ ਹੈ ਜਿਹੜੀ ਉਹ ਸਿੱਧੇ ਤੌਰ ਤੇ ਦੇ ਦਿੱਤੀ ਹੈ ਕਿ ਜੇਕਰ ਇੱਥੇ ਅਜਿਹੀਆਂ ਹਰਕਤਾਂ ਹੋਣੀਆਂ ਬੰਦ ਨਾ ਹੋਈਆਂ ਤਾਂ ਆਪਣੇ ਵੱਲੋਂ ਜਿਹੜੀ ਉਹ ਕਾਰਵਾਈ ਆ ਉਹ ਪਾਉਣਗੇ, ਤਾਂ ਇੱਥੇ ਆਇਆਂ ਦੇ ਨਾਲ ਜਿਹੜਾ ਇਲਜ਼ਾਮ ਕੀਤਾ ਜਾਊਗਾ ਜੋ ਉਹਨਾਂ ਦੇ ਨਾਲ ਬਣੇਗੀ ਉਹਦੇ ਉਹ ਖੁਦ ਜ਼ਿੰਮੇਵਾਰ ਹੋਣਗੇ। ਪਰ ਬਾਈ ਜੀ ਇੱਥੇ ਖਾਸ ਗੱਲ ਕਰਨੀ ਬੜੀ ਜ਼ਰੂਰੀ ਹੈ, ਜਿਹੜੇ ਆਉਂਦੇ ਨੇ ਗੁਰੂ ਘਰਾਂ ਦੇ ਵਿੱਚ ਉਹ ਇਹ ਕਹਿੰਦੇ ਨੇ ਕਿ ਅਸੀਂ ਤਾਂ ਗੁਰੂ ਘਰ ਗਏ ਅਤੇ ਅਸੀਂ ਜਾਣ ਨੂੰ ਕਿਤੇ ਉਹ ਕਮਰਿਆਂ ਵਗੈਰਾ ਦੇ ਵਿੱਚ ਵਜਾ ਸਕਦੇ ਸੀ, ਹੈ ਨਾ, ਅਸੀਂ ਗੁਰੂ ਘਰ ਦੇ ਵਿੱਚ ਗਏ, ਅਸੀਂ ਉੱਥੇ ਤਾਂ ਬਾਣੀ ਸੁਣੀ ਆ, ਉਹ ਅਜਿਹੀਆਂ ਤਰਕ ਦਿੰਦੇ ਨੇ। ਇਹ ਜਦੋਂ ਕਹਿੰਦੇ ਹੁੰਦੇ ਵੀ ਡਾਂਗ ਤੋਂ ਬਚਣਾ ਹੁੰਦੇ ਫਿਰ ਤਰਕਾਂ ਖੜੀਆਂ ਹੋ ਜਾਂਦੀਆਂ, ਪ੍ਰਚਾਰਕ ਵੀ ਕਰਦਾ ਹੀ ਆ ਤਰਕ ਦੇ ਲੱਗ ਜਾਂਦੇ ਕਿਉਂਕਿ ਉਹਨਾਂ ਨੂੰ ਡਾਂਗ ਦਾ ਡਰ ਹੁੰਦਾ। ਧਾਰਮਿਕ ਸਥਾਨਾਂ 'ਤੇ ਦਰਸ਼ਨ ਕਰਨ ਆਉਂਦੇ ਆ ਲੋਕ, ਸਿੱਖਾਂ ਸਾਰੇ ਆਉਂਦੇ ਆ, ਦਰਸ਼ਨ ਕਰੋ, ਅੰਦਰ ਬਾਣੀ ਪੜ੍ਹੋ, ਏ ਸੀ ਲੱਗੇ ਆ, ਮਹਾਰਾਜ ਦਾ ਨਾਂ ਲਓ, ਪਰਿਵਾਰਾਂ ਦੇ ਨਾਲ ਆਓ ਆਪਦੇ ਜਾਓ ਤੁਸੀਂ, ਹੈ ਨਾ। ਜੇ ਤੁਸੀਂ ਪਾਰਕ ਦੇ ਵਿੱਚ ਵੀ ਜਾਣਾ ਉਹ ਤਰੀਕਾ, ਹਰੇਕ ਥਾਂ ਖੜਨ ਬਹਿਣ ਦਾ ਤਰੀਕਾ। ਹੁਣ ਜੇ ਇੱਥੇ ਜਿੰਨੇ ਵੀ ਫੜੇ ਆ ਅਸੀਂ ਉਹਨਾਂ ਨੂੰ ਪੁੱਛੀਦਾ ਜੀ, ਪਹਿਲਾਂ ਆਪਾਂ ਕੁੱਟਦੇ ਨੀਗੇ, ਉਹਨਾਂ ਨੂੰ ਪੁੱਛੀਦਾ ਵੀ ਬਾਈ ਜੀ ਤੁਹਾਡਾ ਆਪਸ ਦੇ ਵਿੱਚ ਕੀ ਲਿੰਕ ਰਿਲੇਸ਼ਨ ਕੀ ਆ, ਉਹ ਕੀ ਕਹਿੰਦੇ ਆ, ਅਸੀਂ ਫਰੈਂਡ ਆ। ਫਰੈਂਡ ਤਾਂ ਉਹਨਾਂ ਨੇ ਡਾਂਗ ਤੋਂ ਡਰਦੇ ਨੇ ਕਹਿਤਾ, ਹੈ ਤਾਂ ਉਹਨਾਂ ਦੀ ਯਾਰੀ ਦੋਸਤੀ ਆ। ਕੀ ਕਰਨ ਆਇਆ, ਕੀ ਜਗ੍ਹਾ, ਚੋਰ ਕੀ ਲੱਭਦਾ ਹੁੰਦਾ ਹਨੇਰਾ ਤਿਆਰ, ਲੋਕਾਂ ਨੂੰ ਜਗ੍ਹਾ ਹੀ ਲੱਭਦਾ ਹੁੰਦਾ। ਇਹ ਐਵੇਂ ਮੂਰਖ ਵਾਲੀਆਂ ਗੱਲਾਂ ਹੁੰਦੀਆਂ, ਸਫਾਈਆਂ ਸਫੂਈਆਂ ਦੇਣੀਆਂ ਜਿਹੜੀਆਂ ਹੈਗੀਆਂ, ਇਹ ਤਾਂ ਜਗ੍ਹਾ ਬਣੀ ਆ ਮਿਲਣ। ਹੁਣ ਇੱਕ ਗੱਲ ਹੋਰ ਦੱਸਦੇ ਹਾਂ, ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਜਿੰਨੇ ਹੋਟਲ ਬਣੇ ਆ, ਕੀ ਕੁਛ ਚੱਲਦਾ ਉੱਥੇ, ਰੇਡ ਕਰੀਏ ਕਿਸੇ ਦਿਨ, ਕੁੜੀਆਂ ਵੀ ਰੱਖਾਂਗਾ ਹੋਟਲ ਵਾਲਿਆਂ ਦੀਆਂ, ਕਮਰਾ ਵੀ ਦਿੰਦੇ ਆ, ਕੁੜੀ ਵੀ ਦਿੰਦੇ ਆ, ਕੀ ਬਣ ਗਿਆ ਯਾਰ ਪੰਜਾਬ ਦਾ, ਹੈ ਨਾ। ਇਹ ਨੌਜਵਾਨਾਂ ਨੂੰ ਉੱਠਣਾ ਚਾਹੀਦਾ, ਰੇਡ ਕਰੋ ਆਪਦੇ ਪੱਧਰ 'ਤੇ ਕਰੋ, ਹਮੇਸ਼ਾ ਮੇਰੀ ਵੇਟ ਨਾ ਕਰਿਆ ਕਰੋ, ਮੈਂ ਅੱਜ ਫਤਿਹਗੜ੍ਹ ਸਾਹਿਬ ਵਾਲਿਆਂ ਨੂੰ ਕਹਿ ਕੇ ਜਾਊਂਗਾ, ਹਮੇਸ਼ਾ ਨਹੀਂ ਆਉਣਾ ਮੈਂ ਇੱਥੇ, ਆਵਾਂਗੇ ਜਿੱਦਾਂ ਸਿਰੋਂ ਪਾਣੀ ਲੰਘਿਆ ਉੱਥੇ, ਫਿਰ ਹੁਣ ਆਏ ਅੱਜ ਕੁਛ ਕਰਕੇ ਚੱਲੇ ਹਾਂ ਨਾ, ਰੋਜ਼ ਨਹੀਂ ਦੇਖੋ ਸਾਰਿਆਂ ਦੇ ਇੱਕੋ ਜਿਹੇ ਸਾਹ ਚੱਲਦੇ, ਮਹਾਰਾਜ ਨੇ ਇਹਨਾਂ ਨੂੰ ਵੀ ਉਹ ਕੁਛ ਹੀ ਮੇਰੇ ਕੋਲ ਆ ਜੋ ਇਹਨਾਂ ਕੋਲ ਆ, ਮੇਰੇ ਤੋਂ ਵੱਡੇ ਵੀ ਆ, ਅਤੇ ਇਹਨਾਂ ਨੂੰ ਜ਼ਿੰਮੇਵਾਰੀ ਸਾਂਭਣੀ ਚਾਹੀਦੀ ਹੈ ਵੀ ਜੋ ਕੁਛ ਮੈਂ ਕਰ ਸਕਦਾ ਇਹ ਵੀ ਕਰ ਸਕਦੇ ਕਰਨ, ਅਤੇ ਇਹੋ ਜਿਹਾ ਐਕਸ਼ਨ ਲਿਆ ਕਰੋ ਵੀ ਇੱਕਰ ਵੀ ਗਲਤੀ ਹੋਵੇ ਮੁੜ ਕੇ ਉੱਥੇ ਗਲਤੀ ਨਾ ਹੋਵੇ। ਪਰ ਜਦੋਂ ਕੋਈ ਅਜਿਹਾ ਐਕਸ਼ਨ ਲਓਗੇ ਤਾਂ ਜਿਹੜੀ ਦੂਜੀ ਧਿਰ ਹੈ ਉਹ ਕਾਨੂੰਨ ਦੀ ਸਹਾਇਤਾ ਲੈਣ ਨੂੰ ਭੱਜੂਗੀ, ਉੱਧਰ ਵੱਲ ਜਾਊਗੀ, ਫਿਰ ਪਰਚੇ ਵੀ ਪੈ ਸਕਦੇ ਨੇ। 302 ਦੇ ਕਰ ਪਰਚੇ ਦੇ ਵਿੱਚ 10 ਸਾਲ ਦੀ ਸਜ਼ਾ, 307 ਦੇ 5 ਸਾਲ ਲਾ ਲਓ ਜਾਂ ਕਿੰਨੇ ਲਾ ਯਾਰ, ਸਾਨੂੰ 20-20 ਸਾਲ ਵੀ ਲਾਉਣੇ ਪਏ, ਸਾਡੀ ਕੋਈ ਨਾ, ਅੱਜ 20 ਸਾਲ ਦੇ 40 ਸਾਲਾਂ ਨੂੰ ਤਾਂ ਬਾਹਰ ਆਵਾਂਗੇ, ਇੱਕ ਹੋਰ ਚੱਕ ਦਿਆਂਗੇ, ਫਿਰ ਕੀ ਆ, ਹਟਣਗੇ ਤਾਂ ਸਹੀ ਕਿਸੇ ਹੱਦ ਤੱਕ। ਜੇ 100 ਬੰਦਿਆਂ ਨੂੰ ਇਹੋ ਜਿਹੇ ਬੰਦਿਆਂ ਨੂੰ ਖਤਮ ਕਰਦਾ ਤੇ ਸਾਨੂੰ ਕੋਈ ਨਾ, 100 ਬੰਦਾ ਖਤਮ ਹੋ ਕੇ ਵੀ ਸਾਡੀ ਪਵਿੱਤਰਤਾ ਕਾਇਮ ਆ ਤੇ ਦੇ ਦਿਓ ਯਾਰ, ਸਿਰ ਕਿੱਡੀ ਗੱਲ ਆ। ਇਹ ਨਹੀਂ ਐਵੇਂ ਕਾਨੂੰਨਾਂ ਕਾਨੂੰਨਾਂ ਦੀ ਗੱਲ, ਕੋਈ ਨਹੀਂ ਬੰਦੇ ਬਾਹਰ ਆ ਜਾਂਦੇ ਆ ਯਾਰ, ਇੱਥੇ ਤਾਂ ਤੁਹਾਨੂੰ ਦੱਸਾਂਗੇ, ਇੱਥੇ ਤਾਂ ਜਥੇਦਾਰਾਂ ਦੀਆਂ ਗੱਡੀਆਂ ਚਿੱਟੇ ਨਾਲ ਫੜੀਆਂ ਜਾਂਦੀਆਂ ਤੇ ਪੈਸੇ ਦੇ ਕੇ ਛੜਾ ਲੈਂਦੇ, ਅਸੀਂ ਦੱਸਾਂਗੇ ਕੌਣ ਆ। ਵਧੀਆ ਖੁਲਾਸੇ ਵਾਲੀਆਂ ਗੱਲਾਂ ਵੀ ਕੀਤੀਆਂ ਨੇ, ਪਰ ਜਦੋਂ ਕੋਰਟਾਂ ਕਚਹਿਰੀਆਂ ਦੇ ਵਿੱਚ ਇਨਸਾਫ਼ ਮੁੱਕ ਜਾਂਦਾ ਤਾਂ ਲੋਕ ਆਪਣੀ ਅਦਾਲਤਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਪੰਜਾਬ ਦਾ ਮਾਹੌਲ ਪਿਛਲੇ ਲੰਬੇ ਸਮੇਂ ਤੋਂ ਇੱਦਾਂ ਦਾ ਬਣਿਆ ਹੋਇਆ, ਇੱਥੇ ਨਾਲ ਹੋਰ ਵੀਰ ਵੀ ਮੌਜੂਦ ਨੇ ਜਿਹੜੇ ਇੱਥੋਂ ਦੇ ਮਸਲਿਆਂ ਨੂੰ ਲਗਾਤਾਰ ਚੱਕ ਰਹੇ ਨੇ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸੰਗਤ ਦੇ ਸਾਹਮਣੇ ਮਸਲੇ ਲਿਆਂਦੇ ਬਾਈ ਸਾਡੇ ਨਾਲ ਨੇ। ਬਾਈ ਜੀ ਕੀ ਕੁਝ ਦੇਖਿਆ ਹੁਣ ਤੱਕ ਤੁਸੀਂ ਨੇ, ਕਿਹੜੀਆਂ ਅਜਿਹੀਆਂ ਹਰਕਤਾਂ ਜਿਹੜੀਆਂ ਕਹੀਏ ਕਿ ਨਾ ਵੀ ਦੱਸੀਆਂ ਜਾਣ ਪਰ ਦੱਸਣੀਆਂ ਪੈ ਰਹੀਆਂ ਨੇ ਅੱਜ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਵੀਰੋ ਦੱਸ ਨਹੀਂ ਸਕਦੇ ਜੀ, ਦੱਸਦਿਆਂ ਨੂੰ ਸ਼ਰਮ ਆਉਂਦੀ ਆ, ਅਸੀਂ ਨਹੀਂ ਚਾਹੁੰਦੇ ਵੀ ਗੁਰੂ ਘਰ ਦੀ ਕਿਸੇ ਪ੍ਰਕਾਰ ਦੀ ਬਦਨਾਮੀ ਹੋਵੇ। ਸੋ ਮੈਂ ਇਸ ਵਿਸ਼ੇ ਤੇ ਚੁੱਪ ਹੀ ਕਰ ਜਾਣਾ ਚਾਹੁੰਦਾ ਵੀ ਇਹੋ ਜਿਹੀਆਂ ਇੱਥੇ ਹਰਕਤਾਂ ਹੁੰਦੀਆਂ ਨੇ ਜਿਹੜੀਆਂ ਦੱਸਣ ਕਹਿਣ ਤੋਂ ਬਾਹਰ ਨੇ, ਸਾਨੂੰ ਦੱਸਦਿਆਂ ਨੂੰ ਸ਼ਰਮ ਆਉਂਦੀ ਆ। ਸੋ ਇਸ ਕਰਕੇ ਮੈਂ ਦੱਸਣਾ ਨਹੀਂ ਚਾਹੁੰਦਾ ਵੀ ਇੱਥੇ ਕੀ ਕੁਛ ਹੁੰਦਾ, ਬਹੁਤ ਅਸ਼ਲੀਲ ਹਰਕਤਾਂ ਕਹਿ ਸਕਦੇ ਹਾਂ ਉਹ ਹੁੰਦੀਆਂ ਨੇ ਜੀ ਉਰੇ, ਜੋ ਕਿ ਨਹੀਂ ਹੋਣੀ ਚਾਹੀਦੀਆਂ। ਬਹੁਤ ਮਹਾਨ ਪਵਿੱਤਰ ਧਰਤੀ ਆ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਦੇ ਲਾਲਾਂ ਨੇ ਦੁੱਧ ਆਪਣਾ ਪਵਿੱਤਰ ਖੂਨ ਡੋਲ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਜੀ। ਤੁਸੀਂ ਡੀਸੀ ਨੂੰ ਵੀ ਮੰਗ ਪੱਤਰ ਦੇ ਚੁੱਕੇ ਹੋ, ਸ਼੍ਰੋਮਣੀ ਕਮੇਟੀ ਨੂੰ ਵੀ ਆਪਣੀ ਮੰਗ ਆ ਜਿਹੜੀ ਉਹ ਉੱਥੇ ਵੀ ਜਾ ਕੇ ਜ਼ਾਹਿਰ ਕਰ ਚੁੱਕੇ ਹੋ, ਕੁਝ ਬਣਿਆ ਉਸ ਮੰਗ ਦਾ ਜਿਹੜੀ ਤੁਸੀਂ ਉਹਨਾਂ ਸਾਹਮਣੇ ਆਪਣੀ ਮੰਗ ਰੱਖੀ ਆ? ਹਾਲੇ ਤੱਕ ਤਾਂ ਜੀ ਕੁਛ ਨਹੀਂ ਬਣਿਆ, ਬਾਕੀ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਵੀ ਕੀ ਕਰਦੇ ਨੇ। ਬਾਕੀ ਅਸੀਂ ਵੀਰ ਉਹਨਾਂ ਨੇ ਐਲਾਨ ਕਰਤਾ ਵੀ ਅਸੀਂ ਜਿਹੜੀਆਂ ਉਰੇ ਚੰਡੋਲਾਂ ਵਗੈਰਾ ਨੇ ਉਹ ਜਿਹੜੀਆਂ ਨੇ ਉਹ ਲੱਗਣ ਨਹੀਂ ਦੇਣੀਆਂ। ਹਾਂਜੀ ਹਾਂ, ਇੱਥੇ ਗੁਰਦੁਆਰਾ ਠੰਡਾ ਬੁਰਜ ਸਾਹਿਬ ਬਿਲਕੁਲ ਪਿੱਛੇ ਆ, ਤੁਸੀਂ ਦੇਖ ਸਕਦੇ ਹੋ ਕਿ ਜਦੋਂ ਸੰਗਤਾਂ ਉੱਥੇ ਮੱਥਾ ਟੇਕਣ ਆਉਂਦੀਆਂ ਹੋਣਗੀਆਂ, ਜਦੋਂ ਪਾਰਕ ਵੱਲ ਆ ਕੇ ਨਿਗਾਹ ਮਾਰਦੇ ਹੋਣਗੇ, ਇੱਥੇ ਦੇ ਹੋ ਰਹੀਆਂ ਹਰਕਤਾਂ ਦੇਖ ਕੇ ਉਹਨਾਂ ਦੇ ਮਨਾਂ ਉੱਤੇ ਕੀ ਅਸਰ ਪੈਂਦਾ ਹੋਵੇਗਾ, ਛੋਟੇ ਛੋਟੇ ਬੱਚਿਆਂ ਦੇ ਮਨਾਂ ਉੱਤੇ ਕੀ ਅਸਰ ਪੈਂਦਾ ਹੋਵੇਗਾ, ਜਿੱਥੇ ਇੱਕ ਪਾਸੇ ਪਰਿਵਾਰ ਆਪਣੇ ਬੱਚਿਆਂ ਨੂੰ ਇੱਥੇ ਇਹ ਸਿਖਾਉਣ ਵਾਸਤੇ ਲੈ ਕੇ ਆਉਂਦਾ ਹੈ ਕਿ ਸੱਚ ਦੇ ਰਾਹ ਉੱਤੇ ਚੱਲਦਿਆਂ ਜੇਕਰ ਕੁਰਬਾਨੀਆਂ ਵੀ ਕਰਨੀਆਂ ਪੈਣ ਤਾਂ ਉਹ ਵੀ ਕਰ ਦੇਣੀਆਂ ਚਾਹੀਦੀਆਂ ਨੇ, ਅਤੇ ਦੂਜੇ ਪਾਸੇ ਜਦੋਂ ਉਹ ਬੱਚੇ ਆਹ ਕੁਛ ਦੇਖਦੇ ਹੋਣਗੇ ਤਾਂ ਉਹਨਾਂ ਦੇ ਮਨਾਂ ਉੱਤੇ ਕੀ ਅਸਰ ਪੈਂਦਾ ਹੋਵੇਗਾ।
तो वह भी इतने मिलते रहे हैं। तो अजिहियां हरकतां लगातार होंदिया जा रही ने, पर प्रशासन है जो एस जी पी सी है ये वाल कोई भी ध्यान नहीं दे रही। तो हुण लोड़ है कि इत्थे जिहड़ा माहौल गरमाउंदा जांदा इसनूं सांभिया जावे, एस जी पी सी नूं जां सरकार नूं लोड़ है कि इत्थे एक सुखावां माहौल है जिहड़ा बनाया जावे, अजिहियां हरकतां रोकिया जावे तां जो गुरु घर आउंदियां संगतां नूं इत्थे कोई दिक्कत परेशानी ना होवे। क्योंकि इस पार्क नूं राह गुरुद्वारा श्री गुरु फतेहगढ़ साहब के विचों लगता है। यह पार्क गुरुद्वारा श्री गुरु फतेहगढ़ साहब की जमीन उत्ते बनी हुई है, केंद्र का प्रोजेक्ट से एस जी पी सी ने जमीन दिती सी। तां एक वड्डी गल यह है कि दोवें तरह की जिम्मेवारी इत्थे बनती है। बने रहो के टी वी चैनल के नाल। वाहिगुरू जी का खालसा, वाहिगुरू जी की फतेह।